ਇੱਕ ਔਰਤ ਨੂੰ ਬਿਨਾਂ ਕੱਪੜਿਆਂ ਦੇ ਪਿੰਡ ਵਿੱਚ ਘੁੰਮਾਉਣ ਵਾਲੇ 3 ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ। ਦੱਸਦੇ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਵਿੱਚੋਂ ਇੱਕ ਮਹਿਲਾ ਸਣੇ 3 ਜਣੇ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੇ ਹੁਣ ਰਿਮਾਂਡ ਲਈ ਜਾ ਸਕਦੀ ਹੈ ਤੇ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਕਿ ਬਾਕੀ ਰਹਿੰਦੇ 2 ਹੋਰ ਆਰੋਪੀਆਂ ਤੱਕ ਪਹੁੰਚ ਬਣਾਈ ਜਾ ਸਕੇ। ਦੱਸਦੇ ਕਿ ਇਸ ਮਾਮਲੇ ਦੇ ਵਿੱਚ 5 ਜਣਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਕੇਸ ਦਰਜ ਕੀਤਾ ਸੀ, ਜਿਸ ਦੇ ਵਿੱਚ ਇੱਕ ਔਰਤ ਸਣੇ 4 ਜਣੇ ਸੀਗੇ, 3 ਦੇ ਖਿਲਾਫ ਬਾਈਨੇਮ ਪਰਚਾ ਦਰਜ ਸੀਗਾ ਤੇ 2 ਦੇ ਖਿਲਾਫ ਅਣਪਛਾਤੇ ਦੱਸੇ ਜਾ ਰਹੇ ਸੀ, ਜਿਸ ਤੋਂ ਬਾਅਦ ਹੁਣ ਇੱਕ ਅਣਪਛਾਤਾ ਤੇ ਇੱਕ ਸ਼ਖਸ ਫਰਾਰ ਦੱਸਿਆ ਜਾ ਰਿਹਾ। ਦੱਸਦੇ ਕਿ ਇਹਨਾਂ ਸਾਰਿਆਂ ਨੂੰ ਲੱਭਣ ਦੇ ਲਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਦੱਸਦੇ ਕਿ ਘਟਨਾ ਤਰਨ ਤਾਰਨ ਦੇ ਵਲਟੋਹਾ ਪਿੰਡ ਦੇ ਵਿੱਚ ਵਾਪਰੀ ਸੀਗੀ, ਜਿੱਥੇ ਕਿ ਇੱਕ ਮੁੰਡੇ ਨੇ ਪਿੰਡ ਦੀ ਹੀ ਕੁੜੀ ਦੇ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਮਾਂ ਦੇ ਨਾਲ ਬਦਸਲੂਕੀ ਕੀਤੀ। ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਮੁੰਡੇ ਦੀ ਮਾਂ ਦੇ ਕੱਪੜੇ ਫਾੜ ਕੇ ਉਸਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ ਸੀ, ਜਿਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਤੇ ਵੀਡੀਓ ਵਾਇਰਲ ਕਰ ਦਿੱਤੀ ਗਈ। ਉਸ ਤੋਂ ਬਾਅਦ ਉਸ ਮਹਿਲਾ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਕੇਸ ਦਰਜ ਕਰਵਾਇਆ ਜਾਂਦਾ ਹੈ। ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਾਰ ਬਾਰ ਰੇਡ ਕੀਤੇ ਜਾ ਰਹੇ ਸੀ ਤਾਂ ਕਿ ਇਹਨਾਂ ਨੂੰ ਫੜਿਆ ਜਾ ਸਕੇ, ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਬੱਸ ਸਟੇਸ਼ਨ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਰਅਸਲ ਇਹ ਸਾਰੇ ਆਰੋਪੀ ਅੰਮ੍ਰਿਤਸਰ ਤੋਂ ਬੱਸ ਫੜ ਕੇ ਮੁੰਬਈ ਭੱਜਣ ਦੀ ਫਿਰਾਕ ਦੇ ਵਿੱਚ ਸੀਗੇ, ਪਰ ਪੁਲਿਸ ਦੇ ਵੱਲੋਂ ਸਮਾਂ ਰਹਿੰਦਿਆਂ ਹੀ ਇਹਨਾਂ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਕਾਬੂ ਕਰਕੇ ਇਹਨਾਂ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਬਾਕੀ ਰਹਿੰਦੇ 2 ਆਰੋਪੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ। ਦੱਸਦੇ ਕਿ ਕੇਸ ਕੁੜੀ ਦੇ 2 ਭਰਾਵਾਂ, ਉਸਦੀ ਮਾਂ, 2 ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਹੁਣ ਕੁੜੀ ਦਾ 1 ਭਰਾ ਤੇ 1 ਅਣਪਛਾਤਾ ਫਰਾਰ ਦੱਸਿਆ ਜਾ ਰਿਹਾ। ਬਾਕੀ ਸਾਰਿਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਦੋਹਾਂ ਨੂੰ ਵੀ ਜਲਦ ਹੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ। ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹੋ? ਇਹ ਡਿਫਰੈਂਟ ਡਿਫਰੈਂਟ ਚੈਨਲਸ 'ਤੇ ਚੱਲ ਰਿਹਾ ਔਰ ਮੇਰੀ ਫੋਨ ਨਿਊਜ਼ ਵੀ ਕਈ ਜਗ੍ਹਾ ਹੋਈ ਸੀਗੀ, ਇਹਦੇ 'ਚ ਉਹੀ 31 ਤਰੀਕ ਦਾ ਵਕੂਆ ਸੀਗਾ ਅਤੇ ਇਹ ਅਲਟੀਮੇਟਲੀ 3 ਤਰੀਕ ਨੂੰ ਜਾ ਕੇ ਪਰਚਾ ਦਰਜ ਹੁੰਦਾ ਔਰ ਉਹਦੇ 'ਚ ਇਹ ਜਿਹੜੀ ਲੇਡੀ ਨਾਲ ਇਹ ਮੰਦਭਾਵਨਾ ਘਟਨਾ ਵਾਪਰੀ ਹੈ, ਉਹਦੇ ਬੇਟੇ ਨੇ ਲਵ ਮੈਰਿਜ ਕੀਤੀ ਸੀ ਕਿਸੇ ਦੀ ਬੇਟੀ ਦੇ ਨਾਲ ਔਰ ਉਹ ਲੇਡੀ ਜਿਨ੍ਹਾਂ ਦੀ ਬੇਟੀ ਸੀਗੀ ਉਹ ਆਪਣੇ 2 ਬੇਟਿਆਂ ਦੇ ਨਾਲ ਅਤੇ 2 ਅਣਪਛਾਤੇ ਬੰਦਿਆਂ ਦੇ ਨਾਲ ਇਹਨਾਂ ਨੂੰ ਲਾਂਬਾ ਜਿਹਾ ਦੇਣ ਜਾਂਦੀ ਆ ਔਰ ਘਰ ਉੱਥੇ ਬਹਿਸ ਬਸਈਆ ਹੋ ਜਾਂਦਾ। ਬਹਿਸ ਬਸਈਆ ਜਿਹੜਾ ਉਹ ਹੱਥੋਂ ਪਾਈ ਤੱਕ ਪਹੁੰਚ ਜਾਂਦਾ, ਹੱਥੋਂ ਪਾਈ ਦੇ ਵਿੱਚ ਜਿਹੜੀ ਆ ਉਹ ਲੇਡੀ ਦੀ ਸ਼ਰਟ ਜਿਹੜੀ ਫਟ ਜਾਂਦੀ ਹੈ ਔਰ ਉਹ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਗੁਰਸ਼ਰਨ ਦੋਸ਼ੀ ਸੀਗਾ, ਉਹਨੇ ਇਹਦੀ ਵੀਡੀਓ ਬਣਾ ਲਈ ਔਰ ਵੀਡੀਓ ਬਣਾਉਣ ਤੋਂ ਬਾਅਦ ਉਦੋਂ ਤੱਕ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਾਡੀ ਕੋਈ ਵੀਡੀਓ ਬਣੀ ਹੈ। ਇਹਨਾਂ ਨੇ ਕੰਪਲੇਂਟ ਕੀਤੀ ਸੀ ਔਰ ਇੱਕ 2 ਦਿਨ ਇਹੀ ਵੇਟ ਕਰਦੇ ਰਹੇ ਵੀ ਸ਼ਾਇਦ ਬੈਟ ਬਿਠਾ ਕੇ ਕੋਈ ਗੱਲ ਹੋ ਜਾਵੇ ਵੀ ਬੱਚਿਆਂ ਨੇ ਜੇ ਕਰ ਲਈ ਗਲਤੀ ਅਤੇ ਇਹਨਾਂ 'ਚ ਵੱਡਿਆਂ ਦਾ ਕੀ ਕਸੂਰ ਹੈ, ਬਟ ਇਹਨਾਂ ਦਾ ਸਮਝੌਤਾ ਕੋਈ ਸਿਰੇ ਨਹੀਂ ਚੜਿਆ। ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ ਅਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਹੁਣ ਪਰਚਾ ਵੀ ਦਰਜ ਹੋ ਗਿਆ ਤਾਂ ਉਹਨਾਂ ਨੇ ਚੱਕ ਕੇ ਜਿਹੜੀ ਵੀਡੀਓ ਸੀ ਉਹ ਵਾਇਰਲ ਕਰਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਤੋਂ ਜਿੱਦਣ ਦਾ ਪਰਚਾ ਦਰਜ ਹੋਇਆ ਸੀ ਪੁਲਿਸ ਪਾਰਟੀ 'ਚ 3-4 ਅਸੀਂ ਸਪੈਸ਼ਲ ਇਸੇ ਕੰਮ 'ਤੇ ਲਾਈਆਂ ਸੀ, ਜਿਨ੍ਹਾਂ 'ਚੋਂ SHO ਖਾਲੜਾ ਦੀ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕ ਕਾਮਯਾਬੀ ਮਿਲੀ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇੱਥੋਂ ਸ਼ਾਇਦ ਵੇਰਕਾ ਦਾ ਜਾਂ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਇਹ ਬੱਸ ਫੜ ਕੇ ਅਤੇ ਜਾਣਗੇ ਔਰ ਉਸ ਤੋਂ ਅੱਗੇ ਸ਼ਾਇਦ ਬੰਬੇ ਨਿਕਲਣ ਦੀ ਇਹਨਾਂ ਦੀ ਤਿਆਰੀ ਸੀ, ਪਰ ਉਹਨਾਂ ਨੇ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਨੂੰ ਉੱਥੋਂ 1 ਜਣੇ ਨੂੰ ਵੇਰਕਾ ਤੋਂ ਔਰ 2 ਜਣੇ ਨੂੰ ਜਿਹੜਾ ਬੱਸ ਸਟੈਂਡ ਤੋਂ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਔਰ ਇਹ ਹਜੇ ਤੱਕ ਦੀ ਜਿਹੜੀ ਪੁੱਛਗਿੱਛ ਹੈ। ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਮਜੀਦ ਪੁੱਛਗਿੱਛ ਕਰਾਂਗੇ। ਨਹੀਂ, 2 ਜਾਣੇ ਹਜੇ ਅਬਸਕੋਂਡਿੰਗ ਹੈ ਜੀ, ਇੱਕ ਇਹਦਾ ਬੇਟਾ ਹੈਗਾ ਜਿਹੜਾ ਬਾਈ ਨੇ ਮੁਲਜ਼ਮ ਹੈਗਾ ਲੇਡੀ ਦਾ ਔਰ ਇੱਕ ਅਣਪਛਾਤਾ ਵਿਅਕਤੀ ਜਿਹੜਾ ਉਹ ਹਜੇ ਕਾਸਟ ਸੇਮ ਹੈ ਜੀ, ਕਾਸਟ ਸੇਮ ਹੈ ਸਾਰੇ ਭੱਠੇ ਦੇ ਕੰਮ ਕੁੰਮ ਕਰਦੇ ਆ ਜੀ ਇੱਟਾਂ ਪੱਥਰ ਦਾ।
ਤੇ ਸਰ ਕੋਈ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਕੀਤੇ ਗਏ? ਸੁਰੱਖਿਆ ਲਈ ਮੈਂ ਆਪ ਖੁਦ ਲੇਡੀ ਨੂੰ ਮਿਲਿਆ ਸੀ ਜੀ, ਉਹਨਾਂ ਨੂੰ ਕੋਈ ਐਸਾ ਉਹਨਾਂ ਦੇ ਅੰਦੇਸ਼ਾ ਤਾਂ ਜਾਰੀ ਨਹੀਂ ਕੀਤਾ, ਬਟ ਫਿਰ ਵੀ ਮੈਂ ਲੋਕਲ SHO DSP ਸਾਹਿਬ ਇਹਨਾਂ ਨੂੰ ਹਦਾਇਤ ਕਰਤੀ ਹੈ ਕਿ ਜੋ ਵੀ ਉਹ ਚਾਹੁੰਦੇ ਉਹਨਾਂ ਦੀ ਸੁਰੱਖਿਆ ਨੂੰ ਪੂਰਨ ਯਕੀਨੀ ਬਣਾਇਆ ਜਾਵੇ।